ਦੋਸਤੋ ਜੇ ਕੈਨੇਡਾ ਦਾ ਅਪਲਾਈ ਕਰਨ ਬਾਰੇ ਸੋਚ ਰਹੇ ਹਾਂ ਤਾਂ ਬੁੱਧਵਾਰ ਨੂੰ 27 ਤਰੀਕ ਬਣਦੀ ਹੈ ਲੁਧਿਆਣਾ ਆਫਿਸ ਬਹਿਣਾ ਮੈਂ। ਸਟੂਡੈਂਟ ਵੀਜ਼ਾ, ਸਟੂਡੈਂਟ ਸਪਾਊਸ ਜਿਨ੍ਹਾਂ ਨੇ ਇਕੱਠਿਆਂ ਨੇ ਜਾਣਾ, ਓਪਨ ਵਰਕ ਪਰਮਿਟ ਜਿਨ੍ਹਾਂ ਦਾ ਸਪਾਊਸ ਆਲਰੇਡੀ ਕੈਨੇਡਾ ਹੈਗਾ ਉਹਨਾਂ ਨੇ ਅਪਲਾਈ ਕਰਨਾ, ਸਪਾਊਸਲ ਡਿਪੈਂਡੈਂਟ ਕੈਨੇਡਾ ਦੀ ਕੋਈ ਵੀ ਕੈਟਾਗਰੀ ਨਾਲ ਸੰਬੰਧਿਤ ਜੇ ਕੇਸ ਡਿਸਕਸ ਕਰਨਾ ਤੁਸੀਂ ਆ ਕੇ ਮੈਨੂੰ ਮੇਰੀ ਟੀਮ ਨੂੰ 27 ਤਰੀਕ ਨੂੰ ਲੁਧਿਆਣਾ ਆਫਿਸ ਮਿਲ ਲਓ। ਜੇ ਵੀਜ਼ਾ ਲੱਗ ਗਿਆ ਕੈਨੇਡਾ ਚੱਲੇ ਹੋ ਤਾਂ ਇੱਕ ਗੱਲ ਨਾ ਮੇਰੀ ਪੱਲੇ ਬੰਨ ਕੇ ਜਾਇਓ, ਇਹ ਗੱਲ ਤੁਹਾਨੂੰ ਸਾਰੀ ਜ਼ਿੰਦਗੀ ਕੰਮ ਆਊਗੀ। ਪਹਿਲੇ 4 ਸਾਲ ਕੈਨੇਡਾ ਪਹੁੰਚਣ ਦੇ ਜਿਹੜੇ ਪਹਿਲੇ 4 ਸਾਲ ਨਾ, ਖਾਣਾ ਢਿੱਡ ਭਰਨ ਲਈ ਆ, ਕੱਪੜੇ ਲੈਣੇ ਆ ਤਨ ਢੱਕਣ ਲਈ, ਅਤੇ ਰਹਿਣ ਲਈ ਜਿਹੜੀ ਛੱਤ ਆ ਉਹ ਮੀਂਹ ਗਣੀ ਤੋਂ ਬਚਣ ਲਈ। ਕਹਿਣ ਤੋਂ ਭਾਵ ਬੇਸਿਕ ਨੀਡਸ ਪੂਰੀਆਂ ਕਰਨੀਆਂ ਨੇ, ਲਗਜ਼ਰੀ ਵੱਲ ਨਹੀਂ ਭੱਜਣਾ। ਪਹਿਲੇ 4 ਸਾਲ ਦੇਖੋ ਇੱਕਦਮ ਸ਼ਿਫਟ ਹੋ ਰਹੇ ਹੋ ਤੁਸੀਂ ਸਟੂਡੈਂਟ ਲਾਈਫ ਤੋਂ ਤੁਸੀਂ ਇੱਕ ਇੰਡੀਵਿਜੁਅਲ ਲਾਈਫ ਵੱਲ, ਜਿੱਥੇ ਤੁਸੀਂ ਆਲ ਇਨ ਆਲ ਆ ਤੁਸੀਂ ਆਪਦੀ ਜ਼ਿੰਦਗੀ ਦੇ, ਤੁਸੀਂ ਕਮਾਉਣਾ ਵੀ ਆ, ਤੁਸੀਂ ਬਚਾਉਣਾ ਵੀ ਸਿੱਖਣਾ, ਤੁਸੀਂ ਖਰੀਦਣ ਫਰੋਖਤ ਵੀ ਸਿੱਖਣੀ ਆ, ਤੁਸੀਂ ਕੰਮ ਵੀ ਘਰ ਦਾ ਸਿੱਖਣਾ, ਸਾਰਾ ਕੁਛ ਸਿੱਖਣਾ। ਇਹ ਫੇਰ ਆਊਗਾ ਜੇ ਤੁਸੀਂ ਥੋੜ੍ਹਾ ਜਿਹਾ ਆਪਦੇ ਸ਼ੌਂਕ ਆਪਦੀਆਂ ਲਗਜ਼ਰੀਜ਼ ਨੂੰ ਥੋੜ੍ਹੇ ਟਾਈਮ ਲਈ ਹੋਲਡ 'ਤੇ ਪਾ ਦੋਗੇ। ਜ਼ਿੰਦਗੀ ਬੜੀ ਵੱਡੀ ਆ, ਮਹਾਰਾਜ ਪਰਮਾਤਮਾ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੇ ਤੁਹਾਨੂੰ, ਲੰਮਾ ਸਮਾਂ ਤੁਸੀਂ ਲਗਜ਼ਰੀਜ਼, ਚੰਗੇ ਬ੍ਰਾਂਡਸ, ਚੰਗੇ ਬ੍ਰਾਂਡ ਦੀਆਂ ਗੱਡੀਆਂ, ਸਾਰਾ ਕੁਛ ਕਰਨਾ, ਪਰ ਪਹਿਲੇ 4-5 ਸਾਲ ਆਪਦੀ ਜ਼ਿੰਦਗੀ ਦਾ ਸਾਰਾ ਫੋਕਸ ਸਿਰਫ ਅਤੇ ਸਿਰਫ ਕਾਮਯਾਬ ਹੋਣ ਵੱਲ ਕਰਨਾ।